ਹਾਂਜੀ ਅੱਜ ਅਸੀਂ ਇਕੱਠੇ ਹੋਏ ਆ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਕਿ ਆਪਣਾ ਬਿੱਲ ਦਾ ਆਪਾਂ ਵਿਰੋਧ ਕਰਦੇ ਆ ਐਸਬੀ 553 ਅਸੈਂਬਲੀ ਚ ਜਾ ਰਿਹਾ ਆ ਸੋ ਅਸੀਂ ਸਾਡੇ ਕੋਲ ਬਹੁਤ ਥੋੜੇ ਦਿਨ ਰਹਿ ਗਏ ਆ ਕਿ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਆ ਤੇ ਵੀਰਵਾਰ ਨੂੰ 8:30 ਵਜੇ ਸਵੇਰ ਨੂੰ ਅਗਸਤ 31st 2023 ਸੋ ਨਾਲ ਸਾਡੇ ਭਾਈ ਸਾਹਿਬ ਆ सुरेंद्र ਸਿੰਘ ਅਸੀਂ ਇਹਨਾਂ ਨਾਲ ਕੁਝ ਵਿਚਾਰ ਕਰਾਂਗੇ ਕਿ ਸਾਨੂੰ ਕਿਉਂ ਪ੍ਰੋਟੈਸਟ ਤੇ ਜਾਣਾ ਚਾਹੀਦਾ ਤੇ ਸਾਡੇ ਕੀ ਇਹਦੇ ਤੇ ਜਾਣ ਦਾ ਫਾਇਦੇ ਆ ਜੇ ਅਸੀਂ ਨਹੀਂ ਜਾਂਦੇ ਤਾਂ ਸਾਡੇ ਕੀ ਨੁਕਸਾਨ ਹੋ ਸਕਦੇ ਆ सुरेंद्र ਸਿੰਘ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੇ ਤੁਸੀਂ ਪਲੀਜ਼ ਦੱਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਇਹਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਆ ਭਰਾ ਜੀ ਮੈਂ ਤੇ ਇਹਦਾ ਸਟੱਡੀ ਕੀਤੀ ਆ ਜੋ ਸਾਰੇ ਭਰਾਵਾਂ ਨੇ ਵੀ ਕੀਤੀ ਆ ਕਿ ਇਹਦੇ ਨੁਕਸਾਨ ਹੀ ਨੁਕਸਾਨ ਆ ਇਦੇ ਫਾਇਦੇ ਕੋਈ ਨਹੀਂ ਆ ਜੇ ਇਹੀ ਚੀਜ਼ ਆਪਾਂ ਪਹਿਲਾਂ Pro 942 ਦੇ ਅਗੇਂਸਟ ਕੀਤਾ Pro 47 ਸੌਰੀ Pro ਸੌਰੀ 47 ਦੇ ਅਗੇਂਸਟ ਬੋਲੇ ਹੁੰਦੇ ਸਾਰੇ ਇਕੱਠੇ ਹੋਏ ਹੁੰਦੇ ਤੇ ਅੱਜ ਇਹ ਨੌਬਤ ਨਹੀਂ ਸੀ ਆਣੀ ਇਹ ਗਵਰਨਮੈਂਟ बार-बार ਬਿੱਲ ਲਿਆ ਕੇ ਸਾਡੇ ਸਾਰੇ ਭਰਾਵਾਂ ਦਾ ਨੁਕਸਾਨ ਸਾਡੇ ਭਰਾਵਾਂ ਦਾ ਨਹੀਂ ਸਾਰੇ ਸਿਟੀਜ਼ਨ ਦਾ ਨੁਕਸਾਨ ਕਰ ਰਿਹਾ ਟੋਟਲ ਕੈਲੀਫੋਰਨੀਆ ਵਿੱਚ ਨੁਕਸਾਨ ਕਰ ਰਿਹਾ ਇਸ ਕਰਕੇ ਇਹਦਾ ਕੋਈ ਵੀ ਫਾਇਦਾ ਨਹੀਂ ਨੁਕਸਾਨ ਹੀ ਆ ਦੂਜੀ ਬੇਨਤੀ ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਇਹ ਪ੍ਰੋਸਟ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਜੇ ਅੱਜ ਅਸੀਂ ਨਾ ਗਏ ਇਹ ਅਸੀਂ ਖੂਪ ਉਟ ਰਹੇ ਆ ਆਉਣ ਵਾਲੇ ਆਪਣੇ ਬੱਚਿਆਂ ਵਾਸਤੇ ਆਪਣੇ ਆਪਣੀ ਆਉਣ ਜਾਣੀ ਪੀੜ੍ਹੀ ਵਾਸਤੇ ਨਾ ਕਿ ਸਾਡੀ ਪੂਰੀ ਅਮਰੀਕਾ ਵਾਸਤੇ ਹੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਗਵਰਨਮੈਂਟ ਨੇ ਕਿੰਨੇ ਗਲਤ ਕਾਨੂੰਨ ਲਿਆਂਦੇ ਆ ਇਹ ਅਗੇਨ ਲਿਆ ਲਕ ਕੋਸ਼ਿਸ਼ ਕਰ ਰਿਹਾ ਅੱਗੇ ਹੀ ਬਿਜ਼ਨਸmenਾਂ ਦਾ ਲੱਕ ਟੁੱਟਾ ਹੋਇਆ ਨਾ ਕੋਈ ਇੰਸ਼ੋਰੈਂਸ ਟ ਕਵਰ ਕਰ ਰਿਹਾ ਨਾ ਕੋਈ ਪੁਲਿਸ ਵਰ ਡਿਪਾਰਟਮੈਂਟ ਕਰ ਰਿਹਾ ਕਿਉਂਕਿ ਉਹਨਾਂ ਸਾਰਿਆਂ ਦੇ ਹੱਥ ਬੰਨੇ ਹੋਏ ਆ ਇਸ ਕਰਕੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਤਾਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਹੀ ਗਿਲੇ ਸ਼ਿਕਵੇ ਮਟਾ ਕੇ ਜਿਹੜਾ ਵੀ ਸੱਜਣ ਆ ਸਕਦਾ ਜਰੂਰ ਆਏ ਤੇ ਵੱਧ ਤੋਂ ਵੱਧ ਆਪਣੇ ਨਾਲ ਭੈਣ ਭਰਾ ਬੱਚੇ ਨਾਲ ਲੈ ਕੇ ਆਓ ਜੇ ਅੱਜ ਅਸੀਂ ਨਾ ਖੜੇ ਹੋਏ ਤੇ ਸਾਡਾ ਸਮਝੋ ਲੱਕ ਟੁੱਟ ਜਾਣਾ ਵਾ ਅਸਾਂ ਦੁਬਾਰਾ ਲੱਕ ਇਸ ਲੱਕ ਤੇ ਖੜੇ ਨਹੀਂ ਹੋ ਸਕਣਾ ਇਸ ਕਰਕੇ ਮੈਂ ਦੁਬਾਰਾ ਫੇਰ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਭਾਜੀ ਵੱਧ ਤੋਂ ਵੱਧ ਸੰਗਤ ਇਕੱਠੀ ਹੋ ਜਾਵੇ ਹਾਂਜੀ ਥੈਂਕ ਯੂ ਜਿੱਦਾਂ ਭਾਜੀ ਹੁਣਾਂ ਨੇ ਦੱਸਿਆ ਕੇ ਅੱਗੇ ਅਸੀਂ ਇੱਕ ਦੋ ਬਿੱਲ ਜਿਹੜੇ ਕਿ ਆਪਾਂ ਉਸ ਡੀਟੇਲ 'ਚ ਨਹੀਂ ਜਾਣਾ ਕਿ ਉਹ ਰੋਕ ਸਕਦੇ ਸੀ ਬਹੁਤ ਥੋੜੀ VOTING ਦੇ ਨਾਲ ਉਹ ਪਾਸ ਹੋਏ ਆ ਆਪਾਂ ਉਹਨਾਂ ਨੂੰ ਉਹਨਾਂ ਉਹਨਾਂ ਦਾ ਵੀ ਬਹੁਤ ਕੁਝ ਕਰ ਸਕਦੇ ਆ ਵਾਪਸ ਲਿਆ ਸਕਦੇ ਆ ਪਰ ਉਹ ਹੁਣ ਉਹ ਇੱਕ ਡਿਫਰੈਂਟ ਇਸ਼ੂ ਆ ਪਰ ਇਸ ਅੱਜ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ Thursday ਨੂੰ 8:30 ਵਜੇ ਸਵੇਰ ਨੂੰ ਅ ਸਟੇਟ ਸਟੇਟ ਦੇ ਵਿੱਚ ਸੈਕਰਾਮੈਂਟੋ ਸਟੇਟ ਕੈਪੀਟਲ ਦੇ ਵਿੱਚ ਇਕੱਠੇ ਹੋ ਕੇ ਜਿੱਥੇ ਪਹਿਲਾਂ ਵੀ ਪ੍ਰੋਟੈਸਟ ਹੋਇਆ ਸੀ ਸੇਮ ਜਗ੍ਹਾ ਤੇ ਤਾਂ ਬੱਸਾਂ ਵੀ ਸਾਡੇ ਬੈਸੈਕਰਾਮੈਂਟੋ ਤੋਂ ਜਾਂ ਦਸ਼ਮੇਸ਼ ਦਰਵਾਰ ਗੁਰਦੁਆਰੇ ਤੁਸੀਂ ਪਹੁੰਚ ਜਾਓ ਉਤੋਂ ਬੱਸਾਂ ਵੀ ਚੱਲ ਰਹੀਆਂ ਜਿਹੜੀਆਂ ਤੁਹਾਨੂੰ ਚੱਕ ਕੇ ਪਾਰਕਿੰਗ ਪ੍ਰੋਬਲਮ ਵੀ ਨਹੀਂ ਆਊਗੀ ਜੇਕਰ ਪਾਰਕਿੰਗ ਤੁਸੀਂ ਉੱਥੇ ਕਰ ਸਕਦੇ ਆ ਪਬਲਿਕ ਪਾਰਕਿੰਗ ਚ ਫਿਰ ਹੋਰ ਵੀ ਬੈਟਰ ਐ ਸੋ ਯਾਦ ਨਾਲ ਤੁਸੀਂ ਜਿੱਦਾਂ ਵੀ ਮੈਨੇਜ ਕਰ ਸਕਦੇ ਆ ਇਹ ਸਾਰਿਆਂ ਲਈ ਆ ਇਹ ਇਕੱਲਾ ਇਹ ਸਟੋਰ ਓਨਰਸ ਲਈ ਨਹੀਂ ਇਹ EMPLOYES ਲਈ ਵੀ ਆ ਜੇਕਰ ਤੁਹਾਡੀ ਉਦਣ ਨੂੰ ਛੁੱਟੀ ਆ ਤੁਸੀਂ ਵੀ ਪੁਲਿਸ ਉੱਥੇ ਪਹੁੰਚੋ ਆਪਾਂ ਰਲ ਮਿਲ ਕੇ ਇਹਨੂੰ ਸਟਾਪ ਲਾਈਏ ਕਿ ਦੂਸਰਾ ਕੁਝ ਰੂਮਰਸ ਚੱਲ ਰਹੇ ਆ ਕਿ ਜੀ ਕੋਸਟ ਚੇਂਜ ਹੋ ਗਿਆ ਅਮੈਂਡ ਹੋ ਗਿਆ ਕੋਸ਼ ਇਦਾਂ ਦਾ ਨਹੀਂ ਹੋਇਆ ਸੋ far ਸੋ ਆਪਾਂ ਸਾਰਿਆਂ ਨੇ ਉੱਥੇ ਪਹੁੰਚਣਾ ਆ Thursday ਸਵੇਰ ਨੂੰ 8:30 ਵਜੇ ਜੇ ਕਿਸੇ ਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਫੋਨ ਕਰ ਸਕਦੇ ਆ 2092973200 ਤੇ ਸੋ ਅਸੀਂ ਤੁਹਾਨੂੰ ਹੋਰ ਡੀਟੇਲ ਦੇ ਸਕਦੇ ਆ ਥੈਂਕ ਯੂ